ਵਿਧਾਨਸਭਾ ਹਲਕਾ ਦੀਨਾਨਗਰ 'ਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ ਜਦ ਸੈਂਕੜੇ ਆਪ ਵਰਕਰਾਂ ਨੇ ਆਪਣਾ ਪੰਜਾਬ ਪਾਰਟੀ ਦਾ ਪੱਲਾ ਫੜ ਲਿਆ। ਪਾਰਟੀ ਦੇ ਜ਼ੋਨ ਇੰਚਾਰਜ ਸਰਵਨ ਸਿੰਘ ਸੇਵਕ ਨੇ ਆਪ ਵਰਕਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਆਪ ਵੱਲੋਂ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ, ਜਿਸ ਕਰਕੇ ਇਹ ਆਪ ਵਰਕਰਾਂ 'ਚ ਨਿਰਾਸ਼ਾ ਦਾ ਮਾਹੌਲ ਹੈ। ਆਪਣਾ ਪੰਜਾਬ ਪਾਰਟੀ 'ਚ ਸ਼ਾਮਲ ਹੋਏ ਆਪ ਵਰਕਰਾਂ ਵੱਲੋਂ ਆਪਣੇ ਅਸਤੀਫੇ ਵੀ ਸਰਵਨ ਸਿੰਘ ਸੇਵਕ ਨੂੰ ਹੀ ਸੌਂਪੇ ਗਏ। ਇਹ ਆਮ ਆਦਮੀ ਪਾਰਟੀ ਇਹ ਗੱਲ ਆਖਦੀ ਸੀ ਕਿ ਗਰੀਬਾਂ ਨੂੰ ਟਿਕਟਾਂ ਦੇਣੀਆਂ ਨੇ, ਪਰ ਇਹ ਆਮ ਆਦਮੀ ਪਾਰਟੀ ਕਰਪਸ਼ਨ ਦੀ ਮਾਂ ਹੈ। ਇਹਨਾਂ ਨੇ ਕੇਵਲ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ ਜਿਹਨਾਂ ਨੇ ਫੀਲਡ ਵਿੱਚ ਕੋਈ ਕੰਮ ਨਹੀਂ ਕੀਤਾ। ਮੈਂ ਕੇਵਲ ਇੱਕ ਮਿਸਾਲ ਆਪਣੇ ਹਲਕੇ ਦੀਨਾਨਗਰ ਦੀ ਦੇਵਾਂਗਾ ਕਿ ਮੈਂ ਪੰਜਾਬ ਜੋੜੋ ਮੁਹਿੰਮ ਦੇ ਅੰਦਰ ਆਪਣੇ ਸਾਥੀਆਂ ਦੇ ਨਾਲ ਇਕੱਲੇ ਨੇ 6000 ਤੋਂ ਵੱਧ ਪਰਿਵਾਰ ਜਿਹੜਾ ਸੀ ਉਹ ਪਰਿਵਾਰ ਜੋੜੋ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਜੋੜਿਆ। SC ST ਵਿੰਗ ਦਾ ਜ਼ੋਨ ਇੰਚਾਰਜ ਲੋਕ ਸਭਾ ਹਲਕਾ ਦੇ ਬਣਨ ਤੋਂ ਬਾਅਦ 40000 SC ਪਰਿਵਾਰ ਇਸ ਆਮ ਆਦਮੀ ਪਾਰਟੀ ਨਾਲ ਜੋੜਿਆ। ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਨੇ ਫੀਲਡ ਵਿੱਚ ਇੱਕ ਦਿਨ ਵੀ ਕੰਮ ਨਹੀਂ। ਦੀਨਾਨਗਰ ਤੋਂ ਡਾਕਟਰ ਰਮੇਸ਼ ਦੀ ਰਿਪੋਰਟ, ਪੰਜਾਬ ਟੂਡੇ।